हेलो स्टूडेंट्स वेलकम यू ऑल ऑन सीबीएसई शिक्षा ऑनलाइन प्लेटफॉर्म स्टूडेंट्स पी ट्रिपल एसबी ਦੇ ਵੱਲੋਂ ਆਪਣਾ ਸਿਲੇਬਸ ਇਸ਼ੂ ਕਰ ਦਿੱਤਾ ਗਿਆ ਜਿਸ ਵਿੱਚ ਅਰਾਊਂਡ ਜੋ ਜੀਕੇ ਆਫ 50 ਮਾਰਕਸ ਦੀ ਰੱਖੀ ਗਈ ਹੈ ਨਾ ਜੀਕੇ ਦੇ ਵਿੱਚ ਵੀ ਉਹਨਾਂ ਨੇ கரنٹ ਅਫੇਅਰਸ ਨੂੰ ਕਾਫੀ ਵੇਟੇਜ ਦਿੱਤੀ ਹੈ கரنٹ ਅਫੇਅਰਸ ਹੋ ਗਿਆ ਹਿਸਟਰੀ ਹੋ ਗਿਆ politcal issues ਹੋ ਗਏ ਨਾ ਉਸ ਤੋਂ ਇਲਾਵਾ ਸਾਇੰਸ ਟੈਕ ਹੋ ਗਿਆ ਪੰਜਾਬ ਜੀਕੇ ਹੋਗੀ ਤਾਂ ਸਪੈਸ਼ਲ ਜੋ ਇਹ ਬੈਚ ਸੀ ਸਟਾਰਟ ਕਰਨ ਜਾ ਰਹੇ ਹਾਂ ਜੋ ਰਿਵੀਜ਼ਨ ਬੈਚ ਹੋਵੇਗਾ ਜੀਕੇ ਦਾ जिस दिन क्लासेस मैं खुद लवा ठीक है जो स्पैशली जी के बैच होगा ए लाइव प्लस रिकॉर्ड होगा राजे लाइव प्लस रिकॉर्ड बैच रहने वाला जो स्पैशली तौर तो पर साइज वास्ते पीटर प्लस भी कलर्क हो गया ठीक है कोपरेटिव बैंक हो गया वीडियो हो गया थे अदर ਜੋ ਪੰਜਾਬੀ ਐਗਜ਼ਾਮਸ ਨੇ ਜਿਵੇਂ ਫੋਰੈਸਟ ਗਾਰਡ ਹੈਗਾ ਜਾਂ ਪੀਟ੍ਰਿਪਲ ਐਸਬੀ ਦੇ ਅਦਰ ਐਗਜ਼ਾਮਸ ਨੇ ਜਿਵੇਂ ਕਿ ਆਪਣੇ ਕੋਲ ਤੁਸੀਂ ਅਗਾ ਲੋ ਵੀ ਅਕਾਊਂਟ ਕਲਰਕ ਆ ਗਿਆ ਜਾਂ ਆਈਟੀ ਕਲਰਕਰ ਦੀ ਵੈਕੈਂਸੀਸ ਆ ਗਈ ਉਹਦੇ ਵਿੱਚ ਵੀ ਜੀਕੇ ਦਾ ਪੋਰਸ਼ਨ ਉਹਨਾਂ ਨੇ ਰੱਖਿਆ ਠੀਕ ਹੈ ਸਪੈਸ਼ਲੀ ਇਹ ਕਲਾਸਸ ਹੋਣਗੀਆਂ ਐਂਡ ਇਹ ਰਿਵੀਜ਼ਨ ਕਲਾਸਸ ਹੋਣਗੀਆਂ ਜੋ ਕਿ ਤੁਹਾਨੂੰ ਤੁਹਾਡੇ ਐਗਜ਼ਾਮ ਦੇ ਜੋ 50 ਮਾਰਕਸ ਦੀ ਜੀਕੇ ਆ ਰਹੀ ਉਸ ਵਿੱਚ ਕਾਫੀ ਹੈਲਪਫੁਲ ਕਰਨੀਆਂ ਠੀਕ ਹੈ ਸਿਲੇਬਸ ਤੁਸੀਂ ਸਾਰਿਆਂ ਨੇ ਦੇਖ ਲਿਆ ਦੇਖ ਲਿਆ ਹੋਵੇਗਾ ਹਨਾ ਸਿਲੇਬਸ ਤੁਸੀਂ ਜੀਕੇ ਦਾ ਚੈੱਕ ਕੀਤਾ ਹੋਵੇਗਾ ਜੀਕੇ ਚ ਉਹਨਾਂ ਨੇ ਸਪੈਸ਼ਲੀ ਕੀ ਕਿਹਾ ਜਨਰਲ ਨੋਲਜ ਐਂਡ करंट अफेयर ऑफ नैशनल एंड इंटरैशनल इंपोर्टेंस इनकलूडेड ठीक है जी एस की क्या भी पोलिटल इशूज मीनस प आपा इतने अपन अपने को पॉलिटी भी करनी है एंड पॉलिटी रिलेटेड करंट अफेयर भी आप करा है ना उस आ अपने को आ गया इनवायरमेंट ठीक है उसवा करंट अफेयरस भी हो गए उस सैंस टैक् होगी राज जी उस इकनोमिक्स दे क्वेश्चनस आ गए हैं उस अलावा हिस्टरी ऑफ पंजाब जो फोर्टीन सेंचुरी ऑनवर्ड से हिस्टरी ऑफ इंडिया ठीक है स्पेशल रेफरेंस ऑफ इंडियन फ्रीडम स्ट्रगल मूवमेंट रिलटड हैगी राजे ठीक है स्पोर्ट्स रिलेटेड हो गया सिनेमा एंड लिटरेचर हो गया जो तीह नंबर दी दीह नंबर का पोर्शन आ रहा है सारा ठीक है उस अलावा भी नंबर द ना पाई पंजाब जी के जो स्पेशली जो फिजिकल फीचरस ऑफ पंजाब एंड एशियंट हिस्टरी ठीक है ਉਸ ਤੋਂ ਇਲਾਵਾ ਆਇਨਾ ਸੋਸ਼ਲ ਐਂਡ ਰਿਲੀਜੀਅਸ ਇਕਨੋਮਿਕਸ ਲਾਈਫ ਆਫ ਪੰਜਾਬ ਠੀਕ ਹੈ ਉਸ ਤੋਂ ਇਲਾਵਾ ਡਵੈਲਪਮੈਂਟ ਲੈਂਗੁਏਜ ਲਿਟਰੇਚਰ ਐਂਡ ਆਰਟਸ ਆਫ ਇਨ ਪੰਜਾਬ ਸੋਸ਼ਲ ਐਂਡ ਕਲਚਰ ਆਫ ਪੰਜਾਬ ਡਿਊਰਿੰਗ ਦਾ ਅਫਗਾਨ ਐਂਡ ਮੁਗਲ ਰੂਲ ਠੀਕ ਹੈ ਭਗਤੀ ਮੂਵਮੈਂਟ ਆ ਗਿਆ ਠੀਕ ਹੈ ਉਸ ਤੋਂ ਬਾਅਦ ਸੂਫੀ ਮੂਵਮੈਂਟ ਆ ਗਿਆ ਜਾਂ ਆਪਣੇ ਕੋਲ ਆ ਗਿਆ ਸਿੱਖ ਗੁਰੂਸ ਦੇ ਬਾਰੇ ਆ ਗਿਆ ਨਾ ਤਾਂ ਉਸ ਤੋਂ ਇਲਾਵਾ ਆਦੀ ਗ੍ਰੰਥ ਸਿੱਖ ਰੂਲਸ ਫ੍ਰੀडम ਆਫ ਪੰਜਾਬ ਸਾਰੀ ਪੰਜਾਬ ਜੀ ਕੇ ਐਂਡ ਜੋ ਸਟੈਟਿਕ ਜੀ ਕੇ ਆ ਕਰੰਟ ਅਫੇਅਰਸ ਇਸ ਸਪੈਸ਼ਲਿਸਟ ਚੀਜ਼ ਦਾ ਬੈਚ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਜਿਸ ਦੀਆਂ ਕਲਾਸਾਂ ਆ ਆਪਣੀਆਂ ਦੋ ਤਿੰਨ ਦਿਨਾਂ ਚ ਤੁਹਾਡੀਆਂ ਕਲਾਸਾਂ ਵੀ ਸਟਾਰਟ ਹੋ ਜਾਣੀਆਂ ਠੀਕ ਹੈ ਜੀ ਐਂਡ ਇਹ ਤੁਹਾਨੂੰ ਸਭ ਨੂੰ ਪਤਾ ਹੈ ਜੇਕਰ ਕੋਈ ਟਾਪਰ ਬੱਚਾ ਨਿਕਲਦਾ ਹੈ ਤਾਂ 80% ਪਲੱਸ ਸਕੋਰ ਆਉਣਾ ਜ਼ਰੂਰੀ ਹੈ ਜਿਵੇਂ ਕਿ 2018 ਐਂਡ 2021 ਦੇ ਜੋ ਰਿਜ਼ਲਟ ਸੀ ਹੈ 2018 ਵਿੱਚ ਤੁਸੀਂ ਦੇਖਿਆ ਹੋਵੇਗਾ ਇੱਕ ਸਾਈਜ਼ ਇਨਸਪੈਕਟਰ 2018 ਦੀ ਗੱਲ ਕਰੀਏ ਤਾਂ ਇੱਕ ਸਾਈਜ਼ ਇਨਸਪੈਕਟਰ ਕਿੰਨੇ ਦਾ 100 ਮਾਰਕਸ ਦਾ ਹੋਇਆ ਸੀਗਾ ਨਾ ਤਾਂ ਸਾਡੇ ਖੁਦ ਦੇ ਸਟੂਡੈਂਟ ਨੇ ਟਾਪ ਕੀਤਾ ਸੀ ਜਿਸ ਤੇ 81 ਮਾਰਕਸ ਸੀਗੇ ਠੀਕ ਹੈ ਮੀਨਸ ਹੋਈ ਹੋ ਗਿਆ ਅਗਰ 80 82 ਨੰਬਰ ਆ ਰਹੇ ਨੇ ਮੀਨਸ ਇਹ ਵਾਲਾ ਬੱਚਾ ਟਾਪ ਕਰ ਰਿਹਾ ਹੈ ਤਾਂ ਤੁਹਾਨੂੰ 80% ਨੰਬਰ ਲੈਣੀ ਹੀ ਪੈਣਗੇ ਜੇ ਤੁਸੀਂ ਸਿਲੈਕਸ਼ਨ ਚਾਹੁੰਦੇ ਹੋ ਇਸ ਵਾਰੀ ਕੀ ਹੋਇਆ ਇਸ ਵਾਰੀ 2021 ਦੇ ਵਿੱਚ ਆਪਾਂ ਗੱਲ ਕਰੀਏ ਇਕਸਾਈਜ਼ ਇਨਸਪੈਕਟਰ ਦੀ ਗੱਲ ਕਰੀਏ ਜਾਂ ਆਪਣੇ ਕੋਲ ਪੀ ਟ੍ਰਿਪਲ ਐਸ ਬੀ ਕਲਰਕ ਦੀ ਗੱਲ ਕਰੀਏ ਇੱਥੇ ਕੀ ਹੋਇਆ ਸੀਗਾ 120 ਨੰਬਰ ਦਾ ਪੇਪਰ ਸੀਗਾ ਐਂਡ ਟੌਪ ਕਿੰਨਾ ਬੱਚਿਆਂ ਨੇ ਕੀਤਾ ਜਿਨ੍ਹਾਂ ਦੇ 90 ਨੰਬਰ ਸੀਗੇ ਜਾਂ 90 ਪਲੱਸ ਨੰਬਰ ਸੀ ਠੀਕ ਹੈ ਤਾਂ ਤੁਸੀਂ ਖੁਦ ਹੀ ਹਿਸਾਬ ਲਾ ਲਓ 80% ਸਕੋਰ ਚਾਹੀਦਾ ਹੈ ਅਗਰ ਤੁਸੀਂ ਸਿਲੇਕਸ਼ਨ ਲੈਣੀ ਹੈ ਟਾਪਰਸ ਦੀ ਲਿਸਟ ਵਿੱਚ ਜਾਣਾ ਹੈ ਠੀਕ ਹੈ ਜੀ ਤਾਂ ਸਪੈਸ਼ਲੇ ਬੈਚ ਹੋਵੇਗਾ ਐਂਡ ਤੁਹਾਨੂੰ ਸਭ ਨੂੰ ਪਤਾ ਹੈ 2018 ਦਾ ਇੱਕ ਸਾਈਜ਼ ਟਾਪਰ ਗੁਰਦੇਵ ਸਿੰਘ ਠੀਕ ਹੈ ਜਿਸ ਦੀ ਪਿਕ ਵੀ ਤੁਸੀਂ ਦੇਖ ਸਕਦੇ ਹੋ ਫਰਸਟ ਰੈਂਕ ਇਨ BC ਕੈਟਾਗਰੀ ਐਂਡ ਜਨਰਲ ਦੇ ਵਿੱਚ ਉਹਨਾਂ ਦਾ ਜੋ ਓਵਰਲ ਲਿਸਟ ਬਣੀ ਉਹਨਾਂ ਦਾ ਥਰਡ ਰੈਂਕ ਆ ਠੀਕ ਹੈ ਇਹ ਵੀ ਤੁਸੀਂ ਚੀਜ਼ ਚੈੱਕ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਲਵਪ੍ਰੀਤ ਜੋ 2021 ਦੇ ਵਿੱਚ ईडब्ल्यूएस फर्स्ट रैंक ठीक है अ त लाभप्रीत द द जनरल ਵਿੱਚ ਉਹਨੇ थर्ड रैंक ਲੱਕਿਆ ਅੰਦਰ ਠੀਕ ਹੈ ਉਸ ਇਲਾਵਾ अ विक्रम वीर सिंह टिंटਾ ਜਿਸ ਦਾ ਜਿਨ੍ਹਾਂ ਦਾ 6th ਰੈਂਕ ਆਇਆ ਇੱਕ ਸਾਈਜ਼ ਇਨਸਪੈਕਟਰ ਦੇ ਵਿੱਚ ਐਂਡ ਉਹ ਵੀ ਕਾਫੀ ਅੱਛਾ ਸਕੋਰ ਉਹਨੇ ਲਿਆ ਐਂਡ ਅਜ ਇੱਕ ਸਾਈਜ਼ ਇਨਸਪੈਕਟਰ ਲੱਗੇ ਹੋਏ ਨੇ ਠੀਕ ਹੈ ਬੀ ਐਲ ایਓ अरुण सर अरुण सर ਨੂੰ ਤੁਸੀਂ ਜਾਣਦੇ ਹੋਵੋਗੇ ਹੈਨਾ अरुण ਕੁਮਾਰ ਜੀ ਨੂੰ ਤੁਸੀਂ ਜਾਣਦੇ ਹੋਵੋਗੇ ਜੋ ਪਿਛਲੇ ਪੇਡ ਬੈਚ ਵਾਲੇ ਬੱਚੇ ਹੋ ਜਾਣਦੇ ਹੋਣਗੇ ਬਹੁਤ ਜ਼ਬਰਦਸਤ ਜੀਕੇ ਦੇ ਟੀਚਰ ਨੇ ਟੀ ਇਤਨੇ ਸਾਡੇ ਹੈਨਾ ਹੁਣ ਇਸ ਵਾਰੀ ਵੀ ਉਹਨਾਂ ਦੀ ਕਲਾਸਸ ਆਲਰੇਡੀ ਤੁਸੀਂ ਦੇਖ ਰਹੇ ਦੇਖ ਰਿਹਾ ਹੋਵਗੇ ਨਾ 6th ਰੈਂਕ ਇਨ ਜਨਰਲ ਕੈਟਾਗਰੀ ਠੀਕ ਹੈ ਤਾਂ ਉਹਨਾਂ ਨੂੰ ਬੀ ਐਲਓ ਦੀ ਜੋਬ ਮਿਲੀ ਰਾਜੇ ਠੀਕ ਹੈ ਬਲੋਕ ਲੈਵਲ ਐਕਸਟੈਂਸ਼ਨ ਐਕਸਟੈਂਸ਼ਨ ਅਫਸਰ ਦੀ ਉਹਨਾਂ ਨੂੰ ਜੋਬ ਮਿਲੀ ਠੀਕ ਹੈ ਇਸ ਤੋਂ ਇਲਾਵਾ ਇੱਕ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਫੋਟੋ ਮੇਰੇ ਪਿੱਛੇ ਦਿਖ ਦਿਖ ਰਹੀ ਹੋਵੇਗੀ ਇਹ ਫੋਟੋ ਹੈ ਜੀ ਸ਼ੁਭਜੋਤ ਦੀ ਕਿਸ ਦੀ ਫੋਟੋ ਹੈ ਸ਼ੁਭਜੋਤ ਇੱਕ ਨਾ ਦੀ ਹੈ ਗੁਰਦੇਵ ਦੇਖੋ ਦੋਨੋਂ ਪ੍ਰਾ ਇੱਕ ਠੀਕ ਹੈ ਗੁਰਦੇਵ ਐਕਸਾਈਜ਼ਡ ਆਫਟਰ ਐਂਡ ਸ਼ੁਭਜੋਤ ਹੈ ਫਿਫਥ ਰੈਂਕ ਇਨ ਪੀਟਸਪੀ ਕਲਰਕ ਤੁਹਾਨੂੰ ਸਭ ਨੂੰ ਪਤਾ ਹੈ ਪੀਟਸਪੀ ਦਾ ਇਸ ਵਾਰੀ ਜੋ ਰਿਜ਼ਲਟ ਆਇਆ ਉਸ ਵਿੱਚ ਸ਼ੁਭਜੋਤ ਦਾ ਫਿਫਥ ਰੈਂਕ ਆਇਆ ਓਵਰਲ ਪੰਜਾਬ ਦੇ ਦੇ ਵਿੱਚੋਂ ਇਹ ਸਾਡੇ ਸਟੂਡੈਂਟ ਨੇ ਰਾਜੇ ਇਹੀ ਰਿਜ਼ਲਟ ਸੀਬੀਸੀ ਹਮੇਸ਼ਾ ਦਿੰਦਾ ਹੈ ਰਾਈਟ ਇਨਫੋਰਮੇਸ਼ਨ ਦਿੰਦਾ ਹੈ ਜਿਵੇਂ ਤੁਹਾਨੂੰ ਕੱਲ ਦੱਸਿਆ ਸੀ ਅੱਜ ਵੀ ਨੇ ਇਸ ਤੋਂ ਪਹਿਲੇ ਸੈਸ਼ਨ ਦੱਸਿਆ ਵੀਡੀਓ ਵਿੱਚ ਕੰਪਿਊਟਰ ਦਾ ਬਰਡਨ ਹੀ ਪਾਇਆ ਪਤਾ ਸੀ ਕੰਪਿਊਟਰ ਨਹੀਂ ਆਉਣਾ ਐਕਸਰਸ ਤੁਹਾਨੂੰ ਟੈਕਸੇਸ਼ਨ ਜੀਐਸਟੀ ਦਾ ਬਰਡਨ ਬਾਕੀਆਂ ਵਾਂਗੂ ਨਹੀਂ ਪਾਇਆ ਬਾਕੀਆਂ ਪਾਤਾ ਪਰ ਅਸੀਂ ਨਹੀਂ ਪਾਇਆ ਕਿਉਂਕਿ ਤੁਹਾਨੂੰ ਤੁਹਾਨੂੰ ਅਸੀਂ ਟਾਪਰਸ ਬਣਾਉਣਾ ਹੈ ਤੁਹਾਨੂੰ ਤੁਹਾਡਾ ਅਸੀਂ ਰਿਜ਼ਲਟ ਲੈ ਕੇ ਆਉਣਾ ਹੈ ਤੁਹਾਡੀ ਆਉਟਪੁੱਟ ਕੱਟ ਨਹੀਂ ਕਰਨੀ ਤੁਹਾਨੂੰ ਅੰਨੇਵਾ ਮਟੀਰੀਅਲ ਦੇ ਕੇ ਅਸੀਂ ਜਿਹੜਾ ਹੈਗਾ ਤੁਹਾਡੀ ਆਉਟਪੁੱਟ ਕੱਟ ਨਹੀਂ ਕੱਟ ਨਹੀਂ ਕਰਨੀ ਤੁਹਾਡੇ ਵਿੱਚੋਂ ਅਸੀਂ ਰਿਜ਼ਲਟ ਲੈ ਕੇ ਆਉਣਾ ਤੁਹਾਡੇ ਵਿੱਚੋਂ ਹੀ ਟਾਪਰਸ ਲੈ ਕੇ ਆਉਣੇ ਨੇ ਇਸ ਕਰਕੇ ਅਸੀਂ ਉੰਨੀ ਚੀਜ਼ ਕਰਵਾਉਣੀਆਂ ਜਿੰਨੀ ਕੀ ਸਿੱਧੀ ਜਾ ਕੇ ਐਗਜ਼ਾਮੀਨਰ ਨੂੰ ਹਿੱਟ ਕਰੇ ਤੇ ਐਗਜ਼ਾਮੀਨਰ ਜੀ ਜੋ ਚੀਜ਼ਾਂ ਪਾ ਰਿਹਾ ਹੈ ਜੋ ਕੁਐਸਚਨ ਪਾ ਰਿਹਾ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਪੇਪਰ ਆਵੇ ਠੀਕ ਹੈ ਜੋ ਅਸੀਂ ਕਰਵਾਇਆ ਹੋਇਆ ਹੈ ਠੀਕ ਹੈ ਤਾਂ ਤੁਸੀਂ ਆਪਦਾ ਬੈਸਟ ਦਿਓ ਯਾਰ ਐਵੇਂ ਆਉਟਪੁੱਟ ਕੱਟ ਕਰਨ ਦੀ ਜਗ੍ਹਾ ਤੇ ਆਪਣਾ ਬੈਸਟ ਦਿਓ ਅਗਰ ਤੁਸੀਂ ਆਪਣਾ ਆਊਟ ਬੈਸਟ ਦਿਓਗੇ ਠੀਕ ਹੈ ਤਾਂ ਆਫਕੋਰਸ ਤੁਸੀਂ ਆਪਣਾ ਟੌਪ ਕਰੋਗੇ ਇਨ ਯੂਅਰ ਐਗਜ਼ਾਮ ਠੀਕ ਹੈ ਚਲੋ ਦਾ ਸਾਡੇ ਜੋ ਬੈਚ ਵਾਸਤੇ ਕੀ ਹੋਵੇਗਾ ਬੈਚ ਸਾਡਾ ਆਨਲਾਈਨ ਬੈਚ ਵਾਸਤੇ ਕੀ ਹੋਵੇਗਾ ਤੁਹਾਨੂੰ ਲਾਈਵ ਐਂਡ ਰਿਕਾਰਡਡ ਕਲਾਸਸ ਦਾ ਦਸੇਰਾ ਜੇ ਮਿਲਣਗੀਆਂ ਮਿਲਣਗੀਆਂ ਇੰਪੋਰਟੈਂਟ ਥਿਊਰੀ ਉਹਨਾਂ ਚ ਕਵਰ ਕਰਾਂਗੇ ਨਾਲੇ ਉਹਨਾਂ ਚ ਐਮਸੀਕਿਊ ਕਵਰ ਕਰਾਂਗੇ ਇੱਕ ਗੱਲ ਹੋਰ ਜੋ ਸਾਡੀਆਂ ਜੀਕੇ ਦੇ ਕਲਾਸਸ ਹੋਣਗੀਆਂ ਟੂ ਦੀ ਪੁਆਇੰਟ ਹੋਣਗੀਆਂ ਠੀਕ ਹੈ ਟੂ ਦੀ ਪੁਆਇੰਟਸ ਸਿਰਫ ਉਹੀ ਕਲਾਸਸ ਹੋਣਗੀਆਂ ਜੋ ਜੋ ਐਗਜ਼ਾਮ ਦੇ ਵਿੱਚ ਕੁਐਸਚਨਸ ਆ ਰਹੇ ਨੇ ਠੀਕ ਹੈ ਉਹੀ ਚੀਜ਼ਾਂ ਕਰਵਾਵਾਂਗੇ ਜਿਨ੍ਹਾਂ ਦੇ ਆਉਣ ਦੀ ਉਮੀਦ ਹੈਗੀ ਹੈ ਠੀਕ ਹੈ ਹੁਣ ਮੰਨ ਕੇ ਚੱਲੋ 100% ਤਾਂ ਕੋਈ ਬੰਦਾ ਨਹੀਂ ਹੁੰਦਾ ਪਟ 90 ਟੂ 95% ਤੁਹਾਨੂੰ ਉਹ ਚੀਜ਼ਾਂ ਕਰਵਾਵਾਂਗੇ ਜੋ ਸਿੱਧੀਆਂ ਐਗਜ਼ਾਮ ਵਿੱਚ ਤੁਹਾਨੂੰ ਗ੍ਰੈਬ ਕਰਨੀਆਂ ਉਹ ਹੀ ਚੀਜ਼ਾਂ ਕਰਵਾਵਾਂਗੇ ਜੋ ਇੱਕ ਤੁਹਾਡੇ ਸਾਹਮਣੇ ਕੁਐਸਚਨ ਪੇਪਰ ਪਿਆ ਹੋਵੇਗਾ ਉਸ ਦੇ ਵਿੱਚ ਕੁਐਸਚਨ ਹੋਣਗੇ ਉਹ ਆਪਣੀਆਂ ਕਲਾਸ ਵਿੱਚ ਤੁਹਾਨੂੰ ਮਿਲਣਗੇ ਹੀ ਮਿਲਣਗੇ ਤੁਸੀਂ ਟੌਪ ਕਰੋਗੇ ਕਰੋਗੇ ਮੇਰਾ ਖੁਦ ਅਵਿਸ਼ਵਾਸ ਤੁਸੀਂ ਟੌਪ ਕਰੋਗੇ ਠੀਕ ਹੈ ਪ੍ਰਿੰਟੇਬਲ ਪੀਡੀਫਸ ਮੀਨਸ ਕਿਆ ਮਤਲਬ ਹੈਗਾ ਤੁਸੀਂ ਤੁਹਾਨੂੰ ਪੀਡੀਐਫ ਮਿਲਦੀ ਹੈ ਤੁਸੀਂ ਪ੍ਰਿੰਟ ਕਰਵਾ ਕੇ ਉਸ ਨੂੰ ਆਪਣੇ ਨੋਟਸ ਨੂੰ ਯੂਜ਼ ਕਰ ਸਕਦੇ ਹੋ ਸਬਜੈਕਟ ਟੈਸਟ ਹੋਣਗੇ ਮੰਨ ਕੇ ਚੱਲੋ ਤੁਸੀਂ ਫੰਡਮੈਂਟਲ ਦਾ ਟੈਸਟ ਫੰਡਮੈਂਟਲ ਟਾਪਿਕ ਹੋ ਗਿਆ ਫੰਡਮੈਂਟਲ ਦਾ ਟੈਸਟ ਲੈ ਲਿਆ ਆਪਣਾ ਪੂਰੀ ਪੋਲਿਟੀ ਹੋ ਗਈ ਪੋਲਿਟੀ ਦਾ ਟੈਸਟ ਲੈ ਲਿਆ ਏਸ਼ੀਅਨ ਹਿਸਟਰੀ ਹੋ ਗਈ ਏਸ਼ੀਅਨ ਸਟੇਟ ਟੈਸਟ ਲੈ ਲਿਆ ਨਾ ਪੰਜਾਬ ਦੀ ਜੀਕੇ ਹੋ ਗਈ ਪੰਜਾਬ ਦਾ ਟੈਸਟ ਲੈ ਲਿਆ ਇਸ ਤੋਂ ਇਲਾਵਾ ਡਾਊਟ ਕਲਾਸਿਸ ਵੀ ਤੁਹਾਡੀਆਂ ਹੋਣਗੀਆਂ ਕਿਉਂਕਿ ਲਾਈਵ ਕਲਾਸਿਸ ਹੋਣਗੀਆਂ ਤੇ ਡਾਊਟ ਨਾਲ ਨਾਲ ਕਲੀਅਰ ਹੋਣਗੇ ਹੋਣਗੇ ਉਹੀ ਬੱਚੇ ਜੁਆਇਨ ਕਰਨ ਜਿਨ੍ਹਾਂ ਦਾ ਇੱਕੋ ਗੋਲ ਏ ਮੈਂ ਸਰਕਾਰੀ ਜੋਬ ਤੇ ਲੱਗਣਾ ਹੈ ਜੋ ਵਿਦਵਾਨ ਬੱਚੇ ਨੇ ਉਹ ਪਾਵੇਂ ਇਸ ਕੋਰਸ ਨੂੰ ਨਾ ਜੁਆਇਨ ਕਰਨ ਕਿਉਂਕਿ ਕਈ ਬੱਚੇ ਵਿਦਵਾਨ ਆ ਜਾਂਦੇ ਨੇ ਜੋ ਕਹਿੰਦੇ ਨੇ ਅਸੀਂ ਇਹ ਵੀ ਕੀਤਾ ਹੋਇਆ ਸੀ ਇਹ ਵੀ ਕੀਤਾ ਹੋਇਆ ਆ ਇੰਪੋਰਟੈਂਟ ਏ ਉਹ ਇੰਪੋਰਟੈਂਟ ਏ ਨਾ ਜਾ ਤਾਂ ਇੱਕ ਕਹਿੰਦੇ ਨੇ ਇੱਕ ਗੁਰੂ ਤਾਰ ਲੋਣਾ ਜੇ ਤੇ ਤੁਸੀਂ ਖੁਦ ਹੀ ਗੁਰੂ ਹੋ ਤਾਂ ਤੁਹਾਨੂੰ ਹੋਰ ਕਿਸੇ ਗੁਰੂ ਦੀ ਲੋੜ ਨਹੀਂ ਨਾ ਅਗਰ ਤੁਸੀਂ ਇੱਕ ਬੈਸਟ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸੀਬੀਸੀ ਇੰਸਟੀਚਿਊਟ ਜੁਆਇਨ ਕਰੋ ਕਿਉਂਕਿ ਫੀਸ ਬਹੁਤ ਨਾਰਮਲ ਰਹਿਣ ਵਾਲੀ ਹੈ ਫ੍ਰੀ ਦਾ ਬਰਡਨ ਜਿਆਦਾ ਬਰਡਨ ਨਹੀਂ ਪੋਣਾ ਤੁਹਾਡੇ ਤੇ ਸਿਰਫ ਇੱਕ ਨੋਮੀਨਲ ਦੀ ਫੀਸ ਚਾਰਜ ਕਰ ਰਹੇ ਹਨ ਤੁਹਾਡੇ ਤੋਂ 4.99 ਤਾਂ ਇਹ 5 ਮੰਥ ਵਾਸਤੇ ਵੈਲਿਡ ਹੋਵੇਗਾ ਪੰਜ ਮੰਥ ਰਾਜੇ ਪੰਜ ਮੰਥ ਪੰਜ ਮੰਥ ਮਤਲਬ ਆਉਣ ਵਾਲੇ ਪੰਜ ਮੰਥ ਜੁਲਾਈ ਤੋਂ ਲੈ ਕੇ ਦਸੰਬਰ ਤੱਕ ਇਹ ਕੋਰਸ ਵੈਲਿਡ ਹੋਣ ਜਾ ਰਿਹਾ ਤੁਹਾਡੇ ਕੋਲ ਠੀਕ ਹੈ ਤਾਂ ਜੋ ਦਸੰਬਰ ਤੱਕ ਤਾਂ ਸਾਰੇ ਪੇਪਰ ਹੋ ਹੀ ਜਾਣਗੇ ਜੇ ਮੰਨ ਕੇ ਚਲੋ ਸਰਕਾਰ 28 ਅਗਸਤ ਜਾਂ 4 ਸਤੰਬਰ ਨੂੰ ਐਕਜ਼ਾਈਜ਼ ਨਹੀਂ ਲੈਂਦੀ ਤਾਂ 10 15 ਦਿਨ ਬਾਅਦ ਮਹੀਨੇ ਮਹੀਨੇ ਬਾਅਦ ਲੈ ਗਈ ਲੈ ਗਈ ਠੀਕ ਹੈ ਇਹ ਤਾਂ ਤੁਹਾਨੂੰ ਪਤਾ ਹੀ ਹੈ ਮੈਨੂੰ ਵੀ ਪਤਾ ਹੈ ਠੀਕ ਹੈ ਤਾਂ ਤੁਸੀਂ ਪੰਜ ਮੰਥ ਤੁਹਾਡੇ ਕੋਲ ਕੋਰਸ ਰਹੇਗਾ রেকর্ডিং ਤੁਹਾਡੇ ਕੋਲ ਰਹਿਣਗੀਆਂ ਠੀਕੇ ਵੀਡੀਓ ਕਲਾਸਸ ਤੁਹਾਡੇ ਕੋਲ ਰਹਿਣਗੀਆਂ ਡਾਊਟ ਕਲਾਸ ਤੁਹਾਡੇ ਕੋਲ ਰਹਿਣਗੀਆਂ ਡਾਊਟਸ ਤੁਹਾਡੇ ਲੈ ਜਾਣਗੇ ਪੀਡੀਐਫ ਤੁਹਾਡੇ ਕੋਲ ਰਹਿਣਗੀਆਂ ਤੇ ਤੁਸੀਂ ਆਪਣਾ ਬੈਸਟ ਦਿਓਗੇ ਤੋ ਕਿਉਂਕਿ ਤੁਸੀਂ ਇੱਕ ਬੈਸਟ ਇੰਸਟੀਟਿਊਟ ਤੋਂ ਤਿਆਰੀ ਕਰਨ ਜਾ ਰਹੇ ਹੋ ਨਾ ਤਾਂ ਤੁਸੀਂ ਸੀਬੀਸੀ ਸ਼ਿਕਸ਼ਾ ਐਪ ਨੂੰ ਡਾਊਨਲੋਡ ਕਰ ਲਓ ਉਸ ਦੇ ਉੱਪਰ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰੋ ਐਂਡ ਆਪਣਾ ਤੁਸੀਂ ਜਿਹੜਾ ਹੈਗਾ ਕোর্স ਵੀ ਕਰ ਸਕਦੇ ਹੋ ਠੀਕ ਹੈ ਤਾਂ ਤੁਹਾਨੂੰ ਸਟੋਰ ਦੇ ਵਿੱਚ ਇੱਕ ਕੋਰਸ ਮਿਲ ਜੇਗਾ ਰਾਜੇ ਤਾਂ ਪੰਜਾਬ ਜੋਬਸ ਚ ਮਿਲੇਗਾ ਸਟੇਟ ਜੋਬਸ ਤਾਂ ਅਗਰ ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਕੇ ਤੁਸੀਂ ਆਪਣਾ ਕੀ ਕਰਨਾ ਅਕਾਊਂਟ ਬਣਾਉਣਾ ਹੈ ਅਕਾਊਂਟ ਬਣਾਉਣ ਤੋਂ ਬਾਅਦ ਤੁਸੀਂ ਕੀ ਜਣਾ ਤੁਸੀਂ ਸਟੋਰ ਤੇ ਕਲਿੱਕ ਕਰਨਾ ਸਟੋਰ ਤੇ ਕਲਿੱਕ ਕਰਨ ਤੋਂ ਬਾਅਦ ਸਟੇਟ ਜੋਬਸ ਸਟੇਟ ਜੋਬਸ ਤੋਂ ਬਾਅਦ ਪੰਜਾਬ ਜੋਬਸ ਉੱਥੇ ਤੁਹਾਨੂੰ ਕੋਰਸ ਮਿਲ ਜੇਗਾ ਤਬ ਤੋਂ ਥੱਲੇ ਠੀਕ ਹੈ ਅਦਰਵਾਈਜ਼ ਤੁਸੀਂ ਜਸਟ ਲਾਂਚ ਜਾਓਗੇ ਜਸਟ ਲਾਂਚ ਤੁਹਾਨੂੰ ਕੋਰਸ ਮਿਲ ਜਾਏਗਾ ਠੀਕ ਹੈ ਸ ਕਰੋ ਕਰਦੇ ਹੋਏ ਜਸਟ ਲਾਂਚ ਉਹ ਤੁਹਾਨੂੰ ਕੋਰਸ ਮਿਲ ਜਾਏਗਾ ਠੀਕ ਹੈ ਤਾਂ ਇੱਕ ਤੇ ਅੱਛੀ ਤਿਆਰੀ ਕਰੋ ਰਾਏ ਠੀਕ ਹੈ ਐਂਡ ਵੈਬਸਾਈਟ ਹੈ cbscshiksha.com ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵਧੀਆ ਇੱਕ ਪੁਆਇੰਟ ਇਹ ਬਹੁਤ ਵਧੀਆ ਗੱਲ ਹੈ ਅਗਰ ਤੁਸੀਂ ਆਫਲਾਈਨ ਤਿਆਰੀ ਕਰਨਾ ਚਾਹੁੰਦੇ ਉਸੀ ਮੁਹੱਲੀ ਆ ਸਕਦੇ ਹੋ ਐਂਡ ਹਬੋਰ ਜਾ ਸਕਦੇ ਹੋ ਠੀਕ ਹੈ ਮੁਹੱਲੀ ਕਿਉਂਕਿ ਮੈਂ ਇਸ ਟੇਮ ਮੁਹੱਲੀਆਂ ਤਾਂ ਤਾਂ ਤੁਹਾਨੂੰ ਕਿਹਾ ਮੁਹੱਲੀ ਆ ਸਕਦੇ ਹੋ ਤੇ ਹਬੋਰ ਜਾ ਸਕਦੇ ਹੋ ਹਬੋਰ ਤੁਸੀਂ ਸਪੈਸ਼ਲ ਜਾਓਗੇ ਨਾ ਤਾਂ ਜਿਹੜੀਆਂ ਹੈਗੀਆਂ ਨੇ ਇੱਕ ਨੋਮੀਨਲ ਫੀਸ ਹੈ ਪੂਰੇ ਟਰਾਈ ਸਿਟੀ ਵਿੱਚ ਇੱਥੇ ਤੁਸੀਂ ਪੂਰੀ ਟਰਾਈ ਸਿਟੀ ਸਰਚ ਕਰ ਲਓ ਦੇਖ ਲਓ ਇੰਸਟੀਟਿਊਟਸ ਉਸ ਤੋਂ ਬਾਅਦ ਸਾਡੀ ਕੁਆਲਟੀ ਠੀਕ ਹੈ ਸਾਡੇ ਰਿਜ਼ਲਟਸ ਐਂਡ ਸਾਡੀ ਜਿਹੜੀ ਹੈਗੀ ਏ ਆਪਣੀ ਫੀਸ ਦੇਖੋ ਐਂਡ ਆਪਣਾ ਜੁਆਇਨ ਕਰੋ ਕਿਉਂਕਿ ਇਨੀ ਬੈਸਟ ਐਂਡ ਅਫੋਰਡੇਬਲ ਸਟੱਡੀ ਤੁਹਾਨੂੰ ਪੂਰੇ ਟ੍ਰਾਈ ਸਿਟੀ ਚ ਕਿਤੇ ਨਹੀਂ ਮਿਲਦੀ ਓਕੇ ਥੈਂਕ ਯੂ ਰਾਜੇ ਇਹ ਨੰਬਰ ਹੈ ਤੁਸੀਂ ਆਪਣੇ ਇਸ ਨੰਬਰ ਤੇ ਕਾਲ ਕਰ ਸਕਦੇ ਹੋ 95222 95232 ਦੇ ਉੱਪਰ ਬਹੁਤ ਸੌਖਾ ਨੰਬਰ ਰੱਖਿਆ ਤਾਂ ਕਿ ਪਿਆਰੇ ਪਿਆਰੇ ਬੱਚੇ ਨੰਨੇ ਮੁੰਨੇ ਬੱਚੇ ਜਰੂਰ ਇਸ ਨੰਬਰ ਨੂੰ ਯਾਦ ਕਰ ਲੈਣ ਠੀਕ ਹੈ ਥੈਂਕ ਯੂ ਰਾਜੇ ਬੈਸਟ ਆਫ ਲੱਕ